ਹੁਣ ਤੁਹਾਡੇ ਸਭ ਦੇ ਲਈ ਕੁਝ ਖਾਸ ਅਤੇ ਜ਼ਰੂਰੀ ਖਬਰਾਂ ਕੈਨੇਡਾ ਦੇ ਜਸਟਨ ਟਰੂਡੋ ਸਰਕਾਰ ਨੇ 2 ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਰਹਿੰਦੇ ਵਿਦੇਸ਼ੀਆਂ ਨੂੰ ਦੂਸਰਾ ਵੱਡਾ ਝਟਕਾ ਦਿੱਤਾ ਹੈ। ਇੱਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਵਿਜ਼ਿਟਰ ਯਾਨੀ ਕਿ ਟੂਰਿਸਟ ਵੀਜ਼ੇ ਤੇ ਆਉਣ ਵਾਲੇ ਲੋਕਾਂ ਨੂੰ ਹੁਣ ਵਰਕ ਪਰਮਿਟ ਨਾ ਦੇਣ ਦਾ ਐਲਾਨ ਵੀ ਟਰੂਡੋ ਸਰਕਾਰ ਨੇ ਕਰ ਦਿੱਤਾ ਹੈ। ਪਹਿਲਾਂ ਇਹ ਖਾਸ ਸਹੂਲਤ ਦੇਸ਼ ਦੇ ਵਿੱਚ ਵਰਕਰਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਕੋਵਿਡ-19 ਦੌਰਾਨ ਸ਼ੁਰੂ ਕੀਤੀ ਗਈ ਸੀ ਕਿ ਕੈਨੇਡੀਅਨ ਸਰਕਾਰ ਵਿਜ਼ਿਟਰ ਵੀਜ਼ੇ ਤੇ ਆਏ ਲੋਕਾਂ ਨੂੰ ਵਰਕ ਪਰਮਿਟ ਵੀ ਦੇਵੇਗੀ। ਪਰ ਜਿਹੜੇ ਲੋਕ ਕੈਨੇਡਾ ਦੇ ਵਿੱਚ ਵਿਜ਼ਿਟਰ ਵੀਜ਼ੇ ਤੇ ਕੰਮ ਕਰ ਦੇ ਨੇ ਹੁਣ ਉਹਨਾਂ ਨੂੰ ਮੁਲਕ ਚੋਂ ਵਾਪਸ ਜਾਣਾ ਪਊਗਾ ਉੱਥੇ ਵਰਕ ਪਰਮਿਟ ਦੇ ਲਈ ਅਪਲਾਈ ਉਹ ਨਹੀਂ ਕਰ ਸਕਦੇ ਦੋ ਦਿਨ ਪਹਿਲਾਂ ਟਰੂਡੋ ਸਰਕਾਰ ਨੇ ਅਸਥਾਈ ਨੌਕਰੀ ਕਰਨ ਵਾਲੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਦਾ ਵੀ ਐਲਾਨ ਕੀਤਾ ਸੀ ਉਹਨਾਂ ਨਾਲ 70000 ਵਿਦਿਆਰਥੀਆਂ ਦੇ ਡਿਪੋਰਟ ਕੀਤੇ ਜਾਣ ਦਾ ਵੀ ਖਤਰਾ ਵਧ ਗਿਆ ਹੈ ਇਸੇ ਕਰਕੇ 온ਟਾਰੀਓ ਮੈਨੀਟੋਬਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੁੱਧਵਾਰ ਨੂੰ ਵਿਦੇਸ਼ੀ ਵਿਦਿਆਰਥੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਪੰਜਾਬ ਦੇ ਨਾਲੇ ਖਬਰ ਇਸ ਕਰਕੇ ਤਾਲੁਕ ਰੱਖਦੀ ਹੈ ਕਿਉਂਕਿ ਭਾਰਤੀ ਵਿਦਿਆਰਥੀਆਂ ਦੀ ਜਿੰਨੀ ਗਿਣਤੀ ਕੈਨੇਡਾ ਦੇ ਵਿੱਚ ਹੈ ਉਹ ਪੂਰੇ ਦੁਨੀਆ ਦੇ ਨਾਲੋਂ ਵੱਧ ਹੈ ਤੇ ਤੇ ਭਾਰਤੀ ਵਿਦਿਆਰਥੀਆਂ ਦੇ ਵਿੱਚ ਸਭ ਤੋਂ ਵੱਧ ਪੰਜਾਬੀ ਵਿਦਿਆਰਥੀ ਹੀ ਹਨ ਚੰਡੀਗੜ੍ਹ ਪੁਲਿਸ ਦੇ ਵਿੱਚ ਹੁਣ ਕਾਂਸਟੇਬਲਾਂ ਦੀ ਤਰੱਕੀ B1 ਟੈਸਟ ਦੇ ਆਧਾਰ ਤੇ ਹੋਵੇਗੀ ਪਹਿਲੀ ਵਾਰੀ ਹੈ ਜਦੋਂ ਚੰਡੀਗੜ੍ਹ ਪੁਲਿਸ ਰੈਗੂਲਰ ਤਰੱਕੀ ਦੀ ਬਜਾਏ ਟੈਸਟ ਦਾ ਸਹਾਰਾ ਲਾਊਗੀ B1 ਟੈਸਟ ਲਈ ਚੰਡੀਗੜ੍ਹ ਪੁਲਿਸ ਨੇ ਹੁਕਮ ਜਾਰੀ ਕਰ ਦਿੱਤੇ ਨੇ ਕੁੱਲ ਅਸਾਮੀਆਂ ਦੇ ਵਿੱਚੋਂ 25% ਦੀ ਅਹੁਦਾ ਤਰੱਕੀ B1 ਟੈਸਟ ਦੇ ਆਧਾਰ ਤੇ ਹੋਵੇਗੀ ਜਦਕਿ 75% ਸੀਨੀਅਰਤਾ ਦੇ ਹਿਸਾਬ ਨਾਲ ਹੋਵੇਗੀ ਸਾਰੇ ਥਾਣਿਆਂ ਤੇ ਵਿੰਗ ਦੇ ਵਿੱਚ ਤਾਇਨਾਤ ਜਵਾਨਾਂ ਨੂੰ 30 ਅਗਸਤ ਅਪਲਾਈ ਕਰਨ ਲਈ ਕਿਹਾ ਗਿਆ ਟੈਸਲੀ ਫਾਰਮ ਪੁਲਿਸ ਹੈੱਡਕੁਆਰਟਰ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ ਜਵਾਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ ਹੈ ਪੰਜਾਬ ਦੇ 9 ਸ਼ਹਿਰਾਂ ਦੇ ਵਿੱਚ ਰੇਡੀਓ ਸਟੇਸ਼ਨ ਖੁੱਲਣਗੇ ਕੇਂਦਰੀ ਮੰਤਰੀ ਮੰਡਲ ਨੇ ਪੰਜਾਬ ਦੇ 9 ਸ਼ਹਿਰਾਂ ਦੇ ਵਿੱਚ 28 ਨਵੇਂ ਸਥਾਨਕ ਐਫਐਮ ਰੇਡੀਓ ਸਟੇਸ਼ਨ ਖੋਲਣ ਦੇ ਲਈ ਲਾਇਸੈਂਸ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਲਾਇਸੈਂਸ ਓਪਨ ਈ ਨਿਲਾਮੀ ਰਾਹੀਂ ਸਭ ਤੋਂ ਵੱਧ ਬੋਲੀ ਲਾਉਣ ਵਾਲੇ ਨੂੰ ਦਿੱਤੇ ਜਾਣਗੇ ਪੰਜਾਬ ਦੇ ਦੂਰ ਦਰਾਡੇ ਦੇ ਸ਼ਹਿਰ ਜਿੱਥੇ ਐਫਐਮ ਰੇਡੀਓ ਸਟੇਸ਼ਨ ਖੋਲੇ ਜਾ ਰਹੇ ਨੇ ਉਹ ਹੁਣ ਤੱਕ ਆਲ ਇੰਡੀਆ ਰੇਡੀਓ ਦੇ ਰੇਡੀਓ ਸਟੇਸ਼ਨਾਂ ਜਿਵੇਂ ਚੰਡੀਗ ਨਰ ਪਰ ਸਨ ਤੇ ਉਹ ਹੁਣ ਆਪਣੇ ਸ਼ਹਿਰ ਦੇ ਰੇਡੀਓ ਸਟੇਸ਼ਨ ਲੈ ਸਕਣਗੇ ਇਹਨਾਂ ਵਿੱਚ ਲੁਧਿਆਣਾ ਵਿੱਚ 4 ਤੇ ਬਾਕੀ 8 ਸ਼ਹਿਰਾਂ ਦੇ ਵਿੱਚ 3 ਨਵੇਂ ਮੁਖ ਸਟੇਸ਼ਨਾਂ ਦੀ ਲਾਇਸੈਂਸ ਦਿੱਤੇ ਜਾਣਗੇ ਨਵਿਆਂ ਦੇ ਵਿੱਚ ਅਬੂਰ ਬਰਨਾਲਾ ਬਠਿੰਡਾ ਫਿਰੋਜ਼ਪੁਰ ਹੁਸ਼ਿਆਰਪੁਰ ਲੁਧਿਆਣਾ ਮੋਗਾ ਸ੍ਰੀ ਮੁਕਤਸਰ ਸਾਹਿਬ ਅਤੇ ਪਠਾਨਕੋਟ ਜ਼ਿਲ੍ਹੇ ਸ਼ਾਮਿਲ ਹਨ ਪਾਸਪੋਰਟ ਬਣਾਉਣ ਵਾਲਿਆਂ ਦੇ ਲਈ ਜ਼ਰੂਰੀ ਸੂਚਨਾ ਇੱਕ ਵਾਰੀ ਫੇਰ ਦੇ ਦਿੰਦੇ ਆ ਕੱਲ ਵੀ ਅਸੀਂ ਦੱਸਿਆ ਸੀ ਕਿ ਜੇ ਤੁਸੀਂ ਵੀ ਪਾਸਪੋਰਟ ਅਪਲਾਈ ਕਰਨ ਜਾ ਰਹੇ ਹੋ ਤਾਂ ਅੱਜ 29 ਅਗਸਤ ਤੋਂ 2 ਸਤੰਬਰ ਤੱਕ ਤੁਸੀਂ ਪਾਸਪੋਰਟ ਅਪਲਾਈ ਨਹੀਂ ਕਰ ਸਕਦੇ ਪਾਸਪੋਰਟ ਬਣਾਉਣ ਦੀ ਬਣਾਉਣ ਦਾ ਕੰਮ ਰੋਕਿਆ ਗਿਆ ਹੈ। ਦੇਸ਼ ਭਰ ਦੇ ਪਾਸਪੋਰਟ ਦਫ਼ਤਰਾਂ ਦੇ ਵਿੱਚ ਪਾਸਪੋਰਟ ਵਿਭਾਗ ਦੇ ਪੋਰਟਲ ਬੰਦ ਰਹਿਣਗੇ। ਤਕਨੀਕੀ ਰੱਖ-ਰਖਾ ਕਰਕੇ ਸਹੂਲਤ 5 ਦਿਨਾਂ ਦੇ ਲਈ ਉਪਲਬਧ ਨਹੀਂ ਹੋਵੇਗੀ। ਇਹ ਜਾਣਕਾਰੀ ਪਾਸਪੋਰਟ ਵਿਭਾਗ ਨੇ ਜਾਰੀ ਕੀਤੀ ਹੈ। 30 ਅਗਸਤ ਲਈ ਪਹਿਲਾਂ ਤੋਂ ਹੀ ਬੁੱਕ ਅਰਜ਼ੀਆਂ ਨੂੰ ਮੁੜ ਨਿਰਧਾਰਿਤ ਕੀਤਾ ਜਾਊਗਾ। ਮੁੜ ਅਪੁਆਇੰਟਮੈਂਟ ਦਿੱਤੀ ਜਾਊਗੀ। ਅਤੇ ਵੱਖਰੇ ਤੌਰ ਤੇ ਸੂਚਿਤ ਵੀ ਕੀਤਾ ਜਾਊਗਾ ਦੇਸ਼ ਭਰ ਦੀਆਂ ਰੇਲ ਗੱਡੀਆਂ ਦੇ ਵਿੱਚ ਹੁਣ 슈ਗਰ ਫ੍ਰੀ ਤੇ ਜੈਨ ਭੋਜਨ ਵੀ ਮਿਲੇਗਾ ਰੇਲਵੇ ਬੋਰਡ ਨੇ ਰੈਜ਼ਰਵੇਸ਼ਨ ਫਾਰਮ ਦੇ ਵਿੱਚ ਦੋਵੇਂ ਆਪਸ਼ਨਾਂ ਨੂੰ ਸ਼ਾਮਿਲ ਕਰਨ ਦਾ ਨਿਰਦੇਸ਼ ਦਿੱਤਾ ਹੈ ਦਰਅਸਲ ਜੈਨ ਭਾਈ ਚਾਰੇ ਦੇ ਲੋਕਾਂ ਨੂੰ ਰੇਲ ਗੱਡੀ ਦੇ ਵਿੱਚ ਜੈਨ ਮੀਲ ਨਹੀਂ ਮਿਲਦੀ ਸੀ ਜਿਸ ਦੇ ਲਈ ਉਹ ਲਗਾਤਾਰ ਅਪੀਲ ਕਰ ਰਹੇ ਸਨ 슈ਗਰ ਨਾਲ ਪੀੜਿਤ ਲੋਕਾਂ ਨੂੰ ਵੀ ਖਾਸ ਸਮੇਂ ਤੇ ਖਾਸ ਤਰ੍ਹਾਂ ਦਾ ਭੋਜਨ ਲੈਣਾ ਜ਼ਰੂਰੀ ਹੁੰਦਾ ਹੈ ਪਰ ਰੇਲਾਂ ਦੇ ਵਿੱਚ ਇਸ ਤਰ੍ਹਾਂ ਕਰਨਾ ਹੁਣ ਤੱਕ ਤਾਂ ਸੰਭਵ ਨਹੀਂ ਸੀ ਪਰ ਇਹਨਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਹੁਣ ਰੇਲਵੇ ਬੋਰਡ ਨੇ ਜੈਨ ਮੀਲ ਡਾਇਬੀਟਿਕ ਮੀਲ ਸ਼ਾਮਿਲ ਕਰਨ ਦੇ ਮੈਨੂਅਲ ਦੇ ਵਿੱਚ ਸ਼ਾਮਿਲ ਕਰਨ ਦੇ ਹੁਕਮ ਦੇ ਦਿੱਤੇ ਨੇ ਅਡਾਨੀ ਪਰਿਵਾਰ ਇਸ ਵਕਤ ਦੇਸ਼ ਦਾ ਸਭ ਤੋਂ ਅਮੀਰ ਪਰਿਵਾਰ ਬਣ ਗਿਆ ਹੈ ਅਡਾਨੀ ਗੁਪ ਦੇ ਗਰੁੱਪ ਦੇ ਚੇਅਰਮੈਨ ਗੋਤਮ ਅਡਾਨੀ ਅਤੇ ਉਹਨਾਂ ਦੇ ਪਰਿਵਾਰ ਦੀ ਜਾਇਦਾਦ ਇੱਕ ਸਾਲ ਦੇ ਅੰਦਰ 95% ਵਧੀ ਹੈ 1162 ਲੱਖ ਕਰੋੜ ਰੁਪਏ ਹੋ ਗਈ ਹੈ ਅਡਾਨੀ ਪਰਿਵਾਰ ਦੀ ਕੁੱਲ ਜਾਇਦਾਦ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 565503 ਕਰੋੜ ਦਾ ਇਜ਼ਾਫਾ ਹੋਇਆ ਜਿਸ ਤੋਂ ਬਾਅਦ ਹੁਣ ਅਡਾਨੀ ਫੈਮਲੀ ਅੰਬਾਨੀ ਪਰਿਵਾਰ ਨੂੰ ਪਿੱਛੇ ਛੱਡ ਕੇ ਦੇਸ਼ ਦਾ ਸਭ ਤੋਂ ਅਮੀਰ ਪਰਿਵਾਰ ਬਣ ਗਿਆ ਹੈ ਅੰਬਾਨੀ ਪਰਿਵਾਰ ਦੀ ਜਾਇਦਾਦ 115 ਲੱਖ ਕਰੋੜ ਹੈ ਤੇ ਇਹ 1 ਸਾਲ ਦੇ ਵਿੱਚ 25% ਦੀ ਵਧੀ ਹੈ ਭਾਰਤੀ ਮੁਕਾਬਲਾ ਕਮਿਸ਼ਨ ਯਾਨੀ ਕਿ CCI ਨੇ ਰਿਲਾਇੰਸ ਇੰਡਸਟਰੀਜ਼ ਦੇ ਮੀਡੀਆ ਐਸੈਟਸ ਦੇ ਵਾਲਟਰ ਡਿਜ਼ਨੀ ਕੰਪਨੀ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਰਿਲਾਇੰਸ ਦਾ ਸਾਮਰਾਜ ਮੀਡੀਆ ਸਾਮਰਾਜ 70000 ਕਰੋੜ ਦਾ ਹੋ ਜਾਵੇਗਾ ਯਾਨੀ ਕਿ ਜਿੱਥੇ ਅਮਬਾਨੀ ਪਰਿਵਾਰ ਨੂੰ ਅੱਜ ਇੱਕ ਝਟਕਾ ਲੱਗਿਆ ਹੈ ਉੱਥੇ ਇੱਕ ਖੁਸ਼ਖਬਰੀ ਵੀ ਮਿਲੀ ਹੈ ਕਿਉਂਕਿ ਰਲੇਵਾ ਹੋ ਗਿਆ ਹੈ ਇਸ ਸੌਦੇ ਦਾ ਐਲਾਨ 6 ਮਹੀਨੇ ਪਹਿਲਾਂ ਕੀਤਾ ਗਿਆ ਸੀ ਪਰ ਇਹ ਐਂਟੀ-ਟਰੱਸਟ ਨਿਯੰਤਰਕ ਦੀ ਜਾਂਚ ਦੇ ਦਾਇਰੇ ਵਿੱਚ ਆ ਗਿਆ ਸੀ ਉਸ ਤੋਂ ਬਾਅਦ ਸੌਦੇ ਦੇ ਸਬੰਧਿਤ ਪੱਖਾਂ ਨੇ ਇਸ ਵਿੱਚ ਕਈ ਸੋਧਾਂ ਕੀਤੀਆਂ ਜਿਸ ਤੋਂ ਬਾਅਦ ਹੀ ਇਸ ਸੌਦੇ ਨੂੰ ਮਨਜ਼ੂਰੀ ਮਿਲ ਸਕੇ ਰਲੇਵੇਂ ਤੋਂ ਬਾਅਦ ਨਵੇਂ ਵੈਂਚਰ ਦੇ ਵਿੱਚ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੀ ਅਧਿਕਤਮ ਹਿੱਸੇਦਾਰੀ ਹੋਵੇਗੀ